ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਏਵਨ ਪੰਜਾਬੀ ਟੀਵੀ ਦੇ ਪ੍ਰੋਗਰਾਮ ਕਰੰਟ ਇਸ਼ੂ ਵਿੱਚ ਆਪ ਸਭ ਦਾ ਸਵਾਗਤ ਹੈ। ਗੱਲ ਕਰਦੇ ਹਾਂ ਸ਼ਹਿਰ ਪਟਿਆਲੇ ਦੀ, ਤੇ ਪਟਿਆਲੇ ਦੇ ਵਿੱਚ ਸਰਕਾਰੀ ਪਾਬੰਦੀਆਂ ਕਰਕੇ ਫੁਆਰਾ ਚੌਂਕ ਦੇ ਉੱਪਰ ਵਪਾਰੀਆਂ ਨੇ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ ਕੱਢੀ ਹੈ ਭੜਾਸ। ਕਿਸ ਤਰ੍ਹਾਂ ਦੀ ਭੜਾਸ ਕੱਢੀ ਹੈ? ਔਰ ਫੁਆਰਾ ਚੌਂਕ ਪੂਰੀ ਤਰ੍ਹਾਂ ਵਪਾਰੀਆਂ ਵੱਲੋਂ ਘੇਰਿਆ ਗਿਆ। ਪੂਰੀ ਜਾਣਕਾਰੀ ਦੇਣ ਵਾਸਤੇ ਕਮਲਜੀਤ ਕੰਬੋਜ ਜੀ ਪਟਿਆਲੇ ਤੋਂ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਕਮਲ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ ਬਿਲਕੁਲ, ਗੱਲ ਕਰਾਂਗੇ। ਜਿਸ ਤਰ੍ਹਾਂ ਕੱਲ ਵੀ ਸਰਕਾਰ ਵੱਲੋਂ ਫੈਸਲਾ ਦਿੱਤਾ ਗਿਆ ਕਿ ਠੇਕੇ ਸਾਰੇ ਹੀ ਖੁੱਲੇ ਰਹਿਣਗੇ ਤੇ ਜ਼ਰੂਰੀ ਵਸਤਾਂ ਦੀ ਦੁਕਾਨਾਂ ਖੁੱਲੀਆਂ ਰਹਿਣਗੀਆਂ, ਤੇ ਉਸ ਤੋਂ ਜਿਹੜਾ ਕਿ ਨਾ ਖਫਾ ਵਪਾਰੀ ਵਰਗ ਦੇਖਣ ਨੂੰ ਮਿਲਿਆ। ਤੇ ਵਪਾਰੀਆਂ ਨੇ ਇੱਕੋ ਗੱਲ ਆਖੀ ਹੈ ਕਿ ਸਾਰੇ ਪਾਸੇ ਹੀ ਠੇਕੇ ਖੋਲੇ ਗਏ ਨੇ ਤੇ ਲੇਕਿਨ ਦੁਕਾਨਦਾਰਾਂ ਦੀ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ। ਇਸ ਕਰਕੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਧਰਨਾ ਦਿੱਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਹੀ ਦੁਕਾਨਾਂ ਖੋਲ ਦਿੱਤੀਆਂ ਜਾਣ, ਨਹੀਂ ਤਾਂ ਸਾਰੀਆਂ ਹੀ ਬੰਦ ਕਰ ਦਿੱਤੀਆਂ ਜਾਣ। ਔਰ ਕਮਲ ਜੀ, ਕਿੰਨਾ ਕੀ ਇਕੱਠ ਸੀ ਫੁਆਰਾ ਚੌਂਕ ਦੇ ਉੱਪਰ? ਜੀ ਬਿਲਕੁਲ, ਗੱਲ ਕਰਾਂਗੇ ਤਾਂ 100 ਤੋਂ 150 ਵਪਾਰੀ ਜਿਹੜੇ ਕਿ ਉੱਥੇ ਧਰਨਾ ਦਿੰਦੇ ਹੋਏ ਦਿਖਾਈ ਦਿੱਤੇ ਸੀਗੇ ਤੇ ਇੱਕੋ ਹੀ ਮੰਗ ਕਰ ਰਹੇ ਜੀ ਪੰਜਾਬ ਸਰਕਾਰ ਤੋਂ ਕਿ ਜਾਂ ਤਾਂ ਤੁਸੀਂ ਠੇਕੇ ਵੀ ਬੰਦ ਕਰ ਦਿਓ ਤੇ ਸਾਰੀਆਂ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ, ਨਹੀਂ ਤਾਂ ਸਾਡੀਆਂ ਵੀ ਖੋਲੀਆਂ ਜਾਣ। ਕਿਉਂਕਿ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡੇ ਬੱਚੇ ਪੜ੍ਹ ਰਹੇ ਨੇ ਤੇ ਉਹਨਾਂ ਦੀ ਫੀਸਾਂ ਵੀ ਭਰਨੀਆਂ ਹੁੰਦੀਆਂ ਨੇ ਤੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਤੇ ਬਿਜਲੀ ਦਾ ਬਿੱਲ ਜਿਹੜਾ ਕਿ ਦੁਕਾਨਾਂ ਦਾ ਬਿੱਲ ਵੀ ਆਉਂਦਾ ਤੇ ਉਹ ਵੀ ਭਰਨਾ ਤੇ ਕਿਸ ਤਰ੍ਹਾਂ ਵਪਾਰੀ ਵਰਗ ਭਰੇਗਾ। ਤੇ ਪਹਿਲਾਂ ਹੀ ਘਾਟੇ ਵਿੱਚ ਚੱਲ ਰਿਹਾ ਸੀਗਾ ਵਪਾਰੀ ਵਰਗ ਤੇ ਟੈਕਸ ਵੀ ਪੰਜਾਬ ਸਰਕਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ? ਕੋਰੋਨਾ ਕਾਲ ਦੇ ਦੌਰਾਨ ਕੀ ਲੋਕਡਾਊਨ ਤੇ ਬੰਦ ਦਾ ਪ੍ਰਭਾਵ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ? ਜੀ ਬਿਲਕੁਲ, ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਦੁਕਾਨਦਾਰ ਨੇ ਜਿਹੜੇ ਕਿ ਹੁਣ ਜਿਹੜੇ ਕਰਿਆਨੇ ਦੇ ਸਟੋਰ ਜਿਹੜੇ ਖੋਲੇ ਗਏ ਨੇ ਸਰਕਾਰ ਵੱਲੋਂ ਤਾਂ ਉਹਨਾਂ ਦੇ ਵਿੱਚ ਕਾਫੀ ਰਸ਼ ਵੇਖਣ ਨੂੰ ਮਿਲ ਰਿਹਾ ਤੇ ਕਾਫੀ ਭੀੜ ਜਿਹੜੀ ਕਿ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਰਾਸ਼ਨ ਵਾਲੀ ਦੁਕਾਨਾਂ ਤੇ ਵੀ, ਮੈਡੀਕਲ ਦੀ ਦੁਕਾਨਾਂ ਤੇ ਵੀ ਦੇਖਣ ਨੂੰ ਮਿਲ ਰਹੀ, ਕਾਫੀ ਜਿਹੜਾ ਇਕੱਠ ਹੈ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਆਵਾਜਾਈ ਉਸੇ ਤਰ੍ਹਾਂ ਹੀ ਚਲਦੀ ਨਜ਼ਰ ਆ ਰਹੀ ਹੈ ਤੇ ਲੇਕਿਨ ਵਪਾਰੀਆਂ ਦੀ ਦੁਕਾਨਾਂ ਨੇ ਜਿਹੜੀਆਂ ਉਹ ਮੁਕੰਮਲ ਬੰਦ ਦਿਖਾਈ ਦੇ ਰਹੇ ਨੇ, ਧਰਨੇ ਲਗਾਉਂਦੇ ਵਪਾਰੀ ਦਿਖਾਈ ਦੇ ਰਹੇ ਨੇ। ਔਰ ਇਸ ਸੰਬੰਧ ਵਿੱਚ ਕਿਸੇ ਵਪਾਰੀ ਵਰਗ ਦੇ ਨੁਮਾਇੰਦੇ ਨਾਲ ਜਾਂ ਵਰਕਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਜੀ ਬਿਲਕੁਲ, ਇਸ ਮੌਕੇ ਤੇ ਜਿਹੜੇ ਕਿ ਉੱਥੇ ਵਪਾਰੀ ਵਰਗ ਤੋਂ ਮੌਜੂਦ ਸੀ ਪ੍ਰਧਾਨ ਜੀ, ਤੇ ਉਹਨਾਂ ਨੇ ਇੱਕੋ ਹੀ ਗੱਲ ਆਖੀ ਹੈ ਕਿ ਜਿਹੜੀ ਸਾਰੀਆਂ ਹੀ ਦੁਕਾਨਾਂ ਜ਼ਿਆਦਾ ਖੋਲ ਦਿੱਤੀਆਂ ਜਾਣ ਪੰਜਾਬ ਸਰਕਾਰ ਦੇ ਵੱਲੋਂ, ਨਹੀਂ ਤਾਂ ਸਾਰੀਆਂ ਹੀ ਬੰਦ ਕਰ ਦਿੱਤੀਆਂ ਜਾਣ। ਉਹਨਾਂ ਨੇ ਇੱਕੋ ਗੱਲ ਆਖੀ ਹੈ ਕਿ ਜਾਂ ਤਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਜਾਵੇ, ਨਹੀਂ ਤਾਂ ਕਿਸੇ ਦੀ ਦੁਕਾਨ ਨਾ ਖੋਲੀ ਜਾਵੇ, ਸਾਰੀਆਂ ਹੀ ਬੰਦ ਕਰ ਦਿੱਤੀਆਂ ਜਾਣ, ਅਸੀਂ ਉਸ ਤੋਂ ਖੁਸ਼ ਹੋਵਾਂਗੇ। ਲੇਕਿਨ ਜੋ ਇਹ ਟਾਲਮ ਟੋਲ ਦਾ ਖੇਡ ਖੇਡਿਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਠੇਕੇ ਖੋਲ ਦਿੱਤੇ ਗਏ ਤੇ ਜਿਹੜੀ ਕਰਿਆਨਾ ਸਟੋਰ ਖੋਲ ਦਿੱਤੀ ਗਈ ਤੇ ਹੋਰ ਵੀ ਦੁਕਾਨਾਂ ਖੋਲ ਦਿੱਤੀਆਂ ਗਈਆਂ, ਲੇਕਿਨ ਵਪਾਰੀਆਂ ਦੀ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵਪਾਰੀਆਂ ਨੂੰ ਹੀ ਸਭ ਤੋਂ ਜ਼ਿਆਦਾ ਘਾਟਾ ਇਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਬਹੁਤ ਬਹੁਤ ਮਿਹਰਬਾਨੀ ਕਮਲ ਜੀ, ਤੁਸੀਂ ਜਾਣਕਾਰੀ ਦਿੱਤੀ। ਔਰ ਇਸ ਸੰਬੰਧ ਵਿੱਚ ਕਮਲਜੀਤ ਕੰਬੋਜ ਨੇ ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਮੀਤ ਸਿੰਘ ਜੀ, ਇਹ ਅਸੀਂ ਸਾਰੇ ਫੁਆਰਾ ਚੌਕ ਮਾਰਕੀਟ ਦੇ ਮੈਂਬਰ ਹੈਗੇ ਹਾਂ ਅਤੇ ਸਾਡੀ ਜਿਹੜੀ ਮੰਗ ਹੈਗੀ ਹੈ ਉਹ ਇਹ ਕਿ ਜਿਹੜਾ ਲੋਕਡਾਊਨ ਲੱਗਿਆ ਗਿਆ ਜਾਂ ਤਾਂ ਇਹ ਪੂਰਨ ਤੌਰ 'ਤੇ ਲੱਗਿਆ ਜਾਏ, ਜਾਂ ਤਾਂ ਪੂਰਨ ਤੌਰ 'ਤੇ ਲੱਗਿਆ ਜਾਏ ਜਾਂ ਫਿਰ ਇਹਦੇ ਵਿੱਚ ਜਿਹੜਾ ਹੈਗਾ ਸਾਰੀ ਹੀ ਜਿਹੜੀ ਹੈ ਮਤਲਬ ਦੁਕਾਨਾਂ ਖੋਲੀਆਂ ਜਾਣ। ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਆਪਾਂ ਫੁਆਰਾ ਚੌਕ 'ਤੇ ਖੜ੍ਹੇ ਹਾਂ, ਸਾਰੀ ਆਵਾਜਾਈ ਚੱਲ ਰਹੀ ਹੈ, ਸਾਰਾ ਕੁਛ ਹੋ ਰਿਹਾ, ਅੱਧੀਆਂ ਦੁਕਾਨਾਂ ਖੁੱਲ੍ਹੀਆਂ ਅੱਧੀਆਂ ਬੰਦ ਹੈ। ਕਿਸੇ ਤਰ੍ਹਾਂ ਦੀ ਕੋਈ ਇੱਥੇ ਸਿਕਨੈਸ ਨਹੀਂ ਹੈ, ਕੋਈ ਪੁਲਿਸ ਵਾਲਾ ਨਹੀਂ ਹੈ, ਜਦਕਿ ਇਹ ਮੇਨ ਸੈਂਟਰ ਹੈਗਾ, ਠੀਕ ਹੈ। ਇਹਦੇ ਵਿੱਚ ਸਾਡੀ ਆਪਣਾ ਜਿਹੜੀ ਇਸ ਹਿਸਾਬ ਨਾਲ ਮੰਗ ਹੈ ਕਿ ਜਿਹੜੇ ਜਾਂ ਤਾਂ ਦੁਕਾਨਾਂ ਤੁਸੀਂ ਸਾਰੀਆਂ ਖੋਲੋ ਜਾਂ ਸੰਪੂਰਨ ਬੰਦ ਕਰੋ। ਅਦਰਵਾਈਜ਼ ਜਿਵੇਂ ਹੁਣ ਤੁਸੀਂ ਬੈਂਕਾਂ ਵਿੱਚ ਵੀ ਜਾਂ ਆਫਿਸਾਂ ਵਿੱਚ ਵੀ 50% ਦੀ ਰੱਖੀ ਹੋਈ ਹੈ, ਉਸੇ ਤਰ੍ਹਾਂ ਸਾਨੂੰ ਵੀ ਜਾਂ ਤਾਂ ਅੱਧੇ ਟਾਈਮ ਦੇ ਦਿਓ, ਸਾਰੀਆਂ ਦੁਕਾਨਾਂ ਨੂੰ ਇੱਕ ਟਾਈਮ ਦਿਓ ਤਾਂ ਕਿ ਦੁਕਾਨਾਂ ਖੁੱਲ੍ਹਣ, ਜਿਹੜੇ ਖਰਚੇ ਹੈਗੇ ਹੈ ਉਹ ਕੁਛ ਤਾਂ ਨਿਕਲ ਪਾਉਣ, ਅਸੀਂ ਲੇਬਰ ਨੂੰ ਤਨਖਾਹਾਂ ਦੇ ਸਕੀਏ, ਅਸੀਂ ਵਿਆਜ ਭਰ ਸਕੀਏ, ਜਾਂ ਫਿਰ ਸਾਡੀਆਂ ਕਿਸ਼ਤਾਂ ਬੰਦ ਕਰੋ, ਜਾਂ ਸਾਨੂੰ ਵੀ ਕੋਈ ਐਸੀ ਹੈਲਪ ਕਰੋ ਨਾ ਵੀ ਜੋ ਸਾਡੀ ਲੇਬਰ ਹੈ ਅਸੀਂ ਉਹਨਾਂ ਨੂੰ ਵੀ ਪੈਸੇ ਦੇ ਸਕੀਏ, ਜਾਂ ਸਾਡੇ ਬਿਜਲੀ ਦੇ ਬਿੱਲ ਮਾਫ਼ ਕਰੋ, ਜਿਹੜੇ ਸਾਨੂੰ ਕਿਰਾਏ ਪੈਂਦੇ ਹੋਏ ਹੈ ਉਹ ਮਾਫ਼ ਕਰੋ, ਮਤਲਬ ਕਿਸੇ ਤਰ੍ਹਾਂ ਦੀ ਤਾਂ ਸਾਨੂੰ ਸਹੂਲਤ ਦਿਓ। ਭਾਜੀ, ਪਟਿਆਲਾ ਪ੍ਰਸ਼ਾਸਨ ਨੂੰ ਦੱਸਿਆ ਤੁਸੀਂ ਵੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ? ਸਰ, ਪਟਿਆਲਾ ਪ੍ਰਸ਼ਾਸਨ ਕੋਈ, ਤੁਸੀਂ ਆਪ ਸਾਹਮਣੇ ਸਮਝਦਾਰ ਹੋ ਜੀ, ਵਪਾਰ ਮੰਡਲ ਨੇ ਇੰਨੀ ਗੱਲ ਕੀਤੀ ਹੈ, ਠੀਕ ਹੈ, ਅਸੀਂ ਇੱਥੇ ਸਾਰੇ ਖੜੇ ਹਾਂ, ਦੱਸੋ ਕਿਹੜਾ ਐਡਮਿਨਿਸਟ੍ਰੇਸ਼ਨ ਵਾਲਾ ਸਾਨੂੰ ਦੇਖਣ ਆ ਰਿਹਾ, ਉਹ ਸਾਡੀ ਪੁੱਛ ਹੀ ਨਹੀਂ ਕਰਦੇ, ਆਫਿਸ ਤੱਕ ਜਾਣ ਹੀ ਨਹੀਂ ਦਿੰਦੇ। ਵਪਾਰ ਮੰਡਲ ਦੀ ਗੱਲ ਕੀਤੀ ਹੈ, ਵਪਾਰ ਮੰਡਲ ਤੁਹਾਡੇ ਨਾਲ ਗੱਲਬਾਤ ਹੋਈ ਹੈ? ਹਾਂਜੀ ਹਾਂਜੀ, ਵਪਾਰ ਮੰਡਲ ਦੀ ਸਾਡੇ ਨਾਲ ਗੱਲਬਾਤ ਹੋਈ ਹੈ, ਕੱਲ੍ਹ ਆਪਣਾ ਅਨਾਰਦਾਨਾ ਚੌਕ 'ਤੇ ਧਰਨਾ ਵੀ ਹੈਗਾ, ਅਸੀਂ ਸਭ ਉੱਥੇ ਵੀ ਸ਼ਾਮਲ ਹੋਵਾਂਗੇ। ਤੁਸੀਂ ਬਾਕੀ ਬਰਨਾਲਾ ਵਗੈਰਾ ਦੀ ਵੀ ਨਿਊਜ਼ ਦੇਖ ਹੀ ਰਹੇ ਹੋ, ਸੰਗਰੂਰ ਦੀ ਨਿਊਜ਼ ਦੇਖ ਹੀ ਰਹੇ ਹੋ, ਹਰ ਦੁਕਾਨਦਾਰ ਤੜਪ ਰਿਹਾ, ਹਰ ਦੁਕਾਨਦਾਰ ਪਰੇਸ਼ਾਨ ਹੋ ਰਿਹਾ। ਸਾਡੇ ਦੁਕਾਨਦਾਰ ਵਰਗ ਨੂੰ ਵੀ ਦੇਖੋ ਨਾ, ਸਾਰਾ ਟੈਕਸ ਤਾਂ ਦੁਕਾਨਦਾਰ ਵੱਲੋਂ ਹੀ ਜਾਂਦਾ ਹੈ, ਸਾਰਾ ਟੈਕਸ ਜਿਹੜਾ, ਜੇ ਕੋਈ ਬੰਦਾ 1-2 ਲੱਖ ਵੀ ਕਮਾਉਂਦਾ ਤਾਂ ਸਾਲ 'ਚ ਘੱਟੋ ਘੱਟ ਨਹੀਂ ਤਾਂ ਉਹ 25-30 ਲੱਖ ਦਾ ਮਾਲ ਵੇਚਦਾ ਤਾਂ ਹੀ ਕਮਾਉਂਦਾ, ਕਮਾਉਂਦਾ ਤਾਂ ਉਹ 1-2 ਲੱਖ ਹੀ ਹੈ।
टैक्स तो गवर्नमेंट को ही जा रहा है। अपनी मेन मंग की है, मेन मंग तो भाजी यह हैगी है भी जिहड़ियां सारिया दुकाना ना सारिया दुकाना एक टाइम फिक्स करते जान, ठीक है, वो दुकाना खोलिया जा जिमें तुम कहते हो भी जो ऑफिस है 50% की उत्थे की हैगी है ना, असं भी जो अपने कस्टमर है दो दो करके वाड़ा, ठीक है ना, तुम कहते हो भी 10 बंदे जड़े हैं उस तो वह ना कट्ठे हो। पंजाब सरकार कहते हैं करोना महामारी करके स्टैप लिता गया, जरूरी व्यवस्था जी खोल दी सर। जरूरी व्यवस्था के बीच ये है ना कि ठीक है जो किसी को राशन चाहिए दूध चाहिए वो फिर होम डिलीवरी करा वो पूरी व्यवस्था कर ना, जे दुकाना खुलनगियाँ आवाजाही होएगी तो हर तरह का बंदा निकलेगा घर का, देखो कोई बैठेगा नहीं, ठीक है ना, या तो पूरी होम डिलीवरी का ऐसा सिस्टम करन भी किसी भी कोई तरह की आवाजाही ना हो, पूरी तरह का कंट्रोल किया जाए, वो ना काम किया जाए भी कंट्रोल पूरा है नहीं है, मतलब या तो तुम अपना प्रशासन पूरे अच्छे तरीके चलाओ जिद लोगों भी लगे कि हाँ जो हो रहा सब दे नाल। एसी हुण तक की अपडेट, नवीं ताज़ा खबरों लिए जुड़े रहो एवन पंजाबी टीवी के नाल। फ्री लीफ आयुर्वैदिक ऑयल 125 बीमारियों का संपूर्ण इलाज, जिमें गठिया सर्वाइकल माइग्रेन अते शरीर विच किसी भी किस्म की दर्द क्यों ना हुंदी होवे, इत्थों तक कि ब्लॉकेज दे नाल बनिया कई बीमारियों का इको एक इलाज है फ्री रिलीफ आयुर्वैदिक ऑयल, यानी कि 125 बीमारियों का संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री रिलीफ पावर, कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।